ਗੱਲ ਇਹ ਆ, ਡਰਾਈਵਰ 'ਤੇ ਗਰਦ ਨਹੀਂ ਪੈਂਦੀ, ਪੱਖਾ ਲੱਗਿਆ ਹੋਇਆ, ਕੰਪਰੈਸ਼ਰ ਲੱਗਿਆ ਹੋਇਆ ਮਸ਼ੀਨ ਸਾਫ਼ ਕਰਨ ਨੂੰ, ਠੀਕ ਹੈ ਜੀ। ਬਾਕੀ ਇਹਦੇ ਵਿੱਚ ਹੋਰਨ ਲੱਗਿਆ ਹੋਇਆ ਗਿਆ, ਸਪੈਸ਼ਲੀ ਇਹਦੇ ਵਿੱਚ ਕੁਛ ਕਿਹਾ ਜਾਣ ਦੀ ਜੇ ਫਿਊਚਰ ਦਿੱਤੇ ਹੋਏ ਆ, ਉਹ ਹੋਰਨ ਲੱਗਿਆ ਹੋਇਆ ਗਿਆ, ਜਿਵੇਂ ਮਤਲਬ ਕਿ ਕੋਈ ਰੋੜਾ ਚੜ੍ਹ ਜਾਏ ਜਾਂ ਇੱਟ ਚੜ੍ਹ ਜਾਏ, ਉਹ ਇਹਦਾ ਹੋਰਨ ਦੇ ਦਿੰਦਾ, ਡਰਾਈਵਰ ਨੂੰ ਪਤਾ ਲੱਗ ਜਾਂਦਾ, ਜਿਵੇਂ ਟਰੈਕਟਰ ਦੇ ਖੜਕ ਦੇ ਵਿੱਚ ਨਹੀਂ ਚੀਜ਼ ਸੁਣਦੀ, ਉਹ ਹੋਰਨ ਵੱਜ ਜਾਂਦਾ, ਬੰਦੇ ਨੂੰ ਪਤਾ ਲੱਗ ਜਾਂਦਾ। ਹਾਂਜੀ ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਪਿੰਡ ਭਦੌੜ, ਜ਼ਿਲ੍ਹਾ ਬਰਨਾਲਾ, ਅਤੇ ਦੋਸਤੋ ਤੁਸੀਂ ਅੱਜ ਦੇਖ ਰਹੇ ਹੋ ਇਹ ਹੈ PDC ਵਾਲਿਆਂ ਦਾ ਸਟਾਰ ਰੀਪਰ, ਅਤੇ ਦੋਸਤੋ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਵਾਲੀ ਹੈ, ਕਿਉਂਕਿ ਆਪਣੇ ਨਾਲ ਕਿਸਾਨ ਵੀਰ ਜੋ ਆਪਾਂ ਨੂੰ PDC ਦੇ ਸਟਾਰ ਰੀਪਰ ਬਾਰੇ ਜਾਣਕਾਰੀ ਦੇਣਗੇ। ਅਤੇ ਦੋਸਤੋ PDC ਦੇ ਸਟਾਰ ਰੀਪਰ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ PDC ਦਾ ਸਟਾਰ ਰੀਪਰ ਬਣਿਆ ਹੋਇਆ ਜੀ, ਬਹੁਤ ਸੋਹਣੀ ਲੁੱਕ ਵਿੱਚ ਆ, ਠੀਕ ਹੈ। ਅਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ, ਅਤੇ ਜਿਨ੍ਹਾਂ ਵੀਰਾਂ ਨੇ ਹਾਲੇ ਤੱਕ ਵਿਸ਼ਕਰਮਾ ਦਲਬਾ YouTube ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਕਿਉਂਕਿ ਦੋਸਤੋ ਨਵੀਂ ਮਸ਼ੀਨ ਜਾਣਕਾਰੀ ਸਭ ਤੋਂ ਪਹਿਲਾਂ ਆਪਣੇ ਚੈਨਲ 'ਤੇ ਹੀ ਮਿਲਦੀ ਆ। ਅਤੇ ਲਓ ਜੀ ਦੋਸਤੋ, ਆਪਾਂ ਕਿਸਾਨ ਕਰਾਉਣਾ ਕਿਸਾਨ ਵੀਰਾਂ ਨਾਲ ਗੱਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ ਜੀ? ਕਮਲਜੀਤ ਸਿੰਘ। ਕਿਹੜੇ ਪਿੰਡ ਹੈ ਜੀ? ਭਦੌੜ। ਸਰ ਦਿਓਗੇ PDC ਸਟਾਰ ਰੀਪਰ ਜਾਣਕਾਰੀ ਜੀ, ਵੀ ਤੁਸੀਂ ਕਦੋਂ ਤੋਂ ਵਰਤ ਰਹੇ ਹੋ ਅਤੇ ਇਹ ਕਿਹੜਾ ਮਾਡਲ ਹੈ ਜੀ? ਇਹ ਵੀਰੇ 2021 ਮਾਡਲ ਹੈ, ਕਿ ਪਹਿਲੀ ਵਾਰੀ ਲੈ ਕੇ ਆਉਂਦਾ। ਅੱਛਾ। ਇਸ ਤੋਂ ਪਹਿਲਾਂ ਪਹਿਲਾਂ ਸੁਪਰ ਸੀਡਰ ਯੂਜ਼ ਕੀਤਾ ਸੀਗਾ PDC ਵਾਲਿਆਂ ਦਾ। ਠੀਕ ਹੈ ਜੀ। ਉਹ ਬਹੁਤ ਵਧੀਆ ਚੱਲਿਆ ਗਾ, ਇਹਦੀ ਬਹੁਤ ਹੀ ਫਸਟ ਕੁਆਲਿਟੀ ਦਾ ਸੀਗਾ, ਕੋਈ ਆਪਾਂ ਨੂੰ ਉਹਦੇ ਵਿੱਚ ਅੱਜ ਤੱਕ ਦਿੱਕਤ ਨਹੀਂ ਆਏਗੀ, ਬਾਕੀ ਇਹਦੀ ਸਰਵਿਸ ਵਧੀਆ ਸੀਗੀ, ਇਸੇ ਕਰਕੇ ਆਪਾਂ ਦੁਬਾਰਾ ਫਿਰ ਇਹਦਾ ਸਟਾਰ ਰੀਪਰ ਲਿਆ। PDC ਸਟਾਰ ਰੀਪਰ ਜਾਣ ਕਰ ਦੋਗੇ ਤੇ ਇਹ ਹੁਣ ਕਿਵੇਂ ਚੱਲ ਰਿਹਾ ਵੈਸੇ ਜੀ? ਇਹ ਬਹੁਤ ਵਧੀਆ ਚੱਲਦਾ ਵੀਰੇ, ਬਹੁਤ ਵਧੀਆ ਇਹਦੀ ਫਾਸਟ ਸਰਵਿਸ ਆ ਗਈ, 22 ਮਿੰਟ ਦੇ ਵਿੱਚ ਟਰਾਲੀ ਭਰ ਦਿੰਦਾ। ਠੀਕ ਹੈ ਜੀ। ਘੱਟ ਖਰਚੇ 'ਤੇ ਚੱਲਦਾ ਗਾ, ਹਲਕੀ ਮਸ਼ੀਨ ਆ, ਨਿੱਕੇ ਟਰੈਕਟਰ 'ਤੇ ਵੀ ਕਾਮਯਾਬ ਆ। ਅਤੇ ਸਰ ਤੁਹਾਡੇ ਕੋਲ ਟਰੈਕਟਰ ਕਿਹੜਾ ਵੈਸੇ? ਸੋਨਾਲੀਕਾ। ਇਹ ਸੋਨਾਲੀਕਾ 60 ਆ, DI ਅਤੇ ਚੇਂਜਰ ਗੇਅਰ ਹੈ ਜੀ, ਚੇਂਜਰ ਗੇਅਰ ਵਾਲਾ। ਠੀਕ ਹੈ ਸਰ। ਅਤੇ ਸਰ ਉਸ ਤੋਂ ਦੱਸੋਗੇ ਵੀ ਇਹ ਕਿੰਨੀ ਦੀ ਪੁਲੀ ਪਾਈ ਗਈ ਹੈ ਜੀ? ਪੁਲੀ ਇਹਦੇ ਵਿੱਚ 15 ਇੰਚ ਵੱਡੀ ਪੁਲੀ ਆ, 10 ਦੀ ਦੂਜੀ ਛੋਟੀ ਪੁਲੀ ਆ ਬੈਕ ਵਾਲੀ, ਮੇਨ ਪੁਲੀ 15 ਦੀ ਆ। ਅੱਛਾ ਜੀ। ਅਤੇ ਉਸ ਤੋਂ ਬਾਅਦ ਸਰ ਮੈਂ ਪੁੱਛਣਾ ਚਾਹੁੰਦਾ ਵੀ ਟਰਾਲੀ 22 ਮਿੰਟ ਦੇ ਭਰ ਦਿੰਦਾ, ਮਤਲਬ 22 ਮਿੰਟ ਦੇ ਵਿੱਚ ਲਾਸਟ ਟਰਾਲੀ, 18 ਤੋਂ 22 ਮਿੰਟ ਦੇ ਵਿੱਚ ਟਰਾਲੀ ਕੱਢ ਦਿੰਦੇ ਆ। ਠੀਕ ਹੈ ਜੀ। 11.5 ਟਰਾਲੇ ਆ। ਠੀਕ ਹੈ। ਲੈਫਟ ਵਾਲੇ, ਮਤਲਬ ਬੜੀਆਂ ਟਰਾਲੀਆਂ ਸਰ। ਹਾਂ, ਆਪਣਾ ਆਪਦਾ ਘਰ ਦਾ ਕੰਮ ਹੀ ਕਰਦੇ ਆਪਾਂ। ਠੀਕ ਹੈ ਜੀ। ਘਰੇ ਯੂਜ਼ ਕਰਨ ਦੀ ਚਲਾਉਣ ਦੀ ਖਾਤਰੀ ਆਪਾਂ ਲੈ ਕੇ ਆਉਂਦਾ ਹੈ। ਇਹ ਬ੍ਰਦਰ ਦੂਸਰਿਆਂ ਨਾਲੋਂ ਵਧੀਆ ਕੁਆਲਿਟੀ ਇਹਨਾਂ ਦੀ, ਹੈਵੀ ਨੇ, ਚਲਾਈ ਦੇ ਵਿੱਚ ਵਧੀਆ ਚੱਲਦੇ ਨੇਗੇ, ਚਲਾਉਣ ਦੇ ਵਿੱਚ ਜਿਵੇਂ ਛੋਟੇ ਟਰੈਕਟਰਾਂ ਦੇ ਯੂਜ਼ ਕਰਨ ਨੂੰ ਆ, ਹਾਂ ਵਧੀਆ ਸਫਾਈ ਵਧੀਆ ਹੈਗੀ ਇਹਦੀ, ਚਲਾਉਣ ਦੇ ਵਿੱਚ ਜਾਣੀ ਸਾਨੂੰ ਕੋਈ ਦਿੱਕਤ ਨਹੀਂ ਆਈ ਅੱਜ ਤੱਕ ਇਹਦੀ। ਠੀਕ ਹੈ ਜੀ। ਪਹਿਲਾਂ ਕਿਉਂਕਿ ਇਹਨਾਂ ਦਾ ਆਪਣੇ ਕੋਲ ਸੁਪਰ ਸੀਡਰ ਸੀਗਾ, ਉਹਦੇ ਵਿੱਚ ਦਿੱਕਤ ਨਹੀਂ ਸੀ, ਉਹਨੂੰ ਦੇਖ ਕੇ ਆਪਾਂ ਇਹਦਾ PDC ਵਾਲਿਆਂ ਦਾ ਸਟਾਰ ਡਰੌਪਰ ਲਿਆ। ਠੀਕ ਹੈ ਜੀ। ਵੀਰੇ ਆਪਾਂ ਤਾਂ ਸਭ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਵੀ ਅਸੀਂ PDC ਦਾ ਯੂਜ਼ ਕਰਦੇ ਹਾਂ, ਤੁਸੀਂ ਵੀ PDC ਦਾ ਲੈ ਕੇ ਯੂਜ਼ ਕਰਕੇ ਦੇਖੋ, ਵਧੀਆ ਕੁਆਲਿਟੀ ਹੈਗੀ, ਇੱਕ ਵਾਰੀ ਵਰਤੇ ਤੋਂ ਚੀਜ਼ ਪਤਾ ਲੱਗਦਾ, ਪੱਖਾ ਲੱਗਿਆ ਹੋਇਆ ਗਾ, ਡਰਾਈਵਰ 'ਤੇ ਗਰਦ ਨਹੀਂ ਪੈਂਦੀ ਗੀ। ਅੱਛਾ ਜੀ। ਇੱਕ ਦੇ ਵਿੱਚ ਮੇਨ ਗੱਲ ਇਹ ਆ, ਡਰਾਈਵਰ 'ਤੇ ਗਰਦ ਨਹੀਂ ਪੈਂਦੀ, ਪੱਖਾ ਲੱਗਿਆ ਹੋਇਆ, ਕੰਪਰੈਸ਼ਰ ਲੱਗਿਆ ਹੋਇਆ ਮਸ਼ੀਨ ਸਾਫ਼ ਕਰਨ ਨੂੰ। ਠੀਕ ਹੈ ਜੀ। ਬਾਕੀ ਇਹਦੇ ਵਿੱਚ ਹੋਰਨ ਲੱਗਿਆ ਹੋਇਆ ਗਾ, ਸਪੈਸ਼ਲੀ ਇਹਦੇ ਵਿੱਚ ਕੁਛ ਕਿਹਾ ਜਾਣ ਦੀ ਜੇ ਫਿਊਚਰ ਦਿੱਤੇ ਹੋਏ ਆ, ਉਹ ਹੋਰਨ ਲੱਗਿਆ ਹੋਇਆ ਗਿਆ, ਜਿਵੇਂ ਮਤਲਬ ਕਿ ਕੋਈ ਰੋੜਾ ਚੜ੍ਹ ਜਾਏ ਜਾਂ ਇੱਟ ਚੜ੍ਹ ਜਾਏ, ਉਹ ਇਹਦਾ ਹੋਰਨ ਦੇ ਦਿੰਦਾ, ਡਰਾਈਵਰ ਨੂੰ ਪਤਾ ਲੱਗ ਜਾਂਦਾ, ਜਿਵੇਂ ਟਰੈਕਟਰ ਦੇ ਖੜਕ ਦੇ ਵਿੱਚ ਨਹੀਂ ਚੀਜ਼ ਸੁਣਦੀ, ਉਹ ਹੋਰਨ ਵੱਜ ਜਾਂਦਾ, ਬੰਦੇ ਨੂੰ ਪਤਾ ਲੱਗ ਜਾਂਦਾ। ਬਾਕੀ ਆਹ ਬਣਾ ਕੇ ਦਿੱਤਾ ਹੋਇਆ ਗਾ, ਮਤਲਬ ਕਿ ਹਵਾ ਵਾਲਾ ਸਿਸਟਮ ਹੈ, ਬਹੁਤ ਵਧੀਆ ਗਾ, ਆਹ ਪੱਖਾ ਲੱਗਿਆ ਹੋਇਆ ਗਾ ਸਪੈਸ਼ਲ ਇਹਦੇ ਵਿੱਚ, ਅਤੇ ਬਾਕੀ ਇਹ ਸਾਰਾ ਕਵਰ ਕਰਦਾ ਗਾ, ਹੈਵੀ ਮਸ਼ੀਨ ਆ, ਦੂਜੇ ਦੇ ਮੁਕਾਬਲੇ ਕਾਫੀ ਹੈਵੀ ਮਸ਼ੀਨ ਆ ਇਹ। ਠੀਕ ਹੈ ਸਰ। ਅਤੇ ਬਾਕੀ ਵੀਰੇ ਦਾਣੇ ਜਿਵੇਂ ਆਪ ਦੂਜੇ ਰੀਪਰ ਆ, ਉਹਨਾਂ ਨਾਲੋਂ ਸਾਫ਼ ਦਾਣੇ ਕੱਢਦਾ ਗਾ, ਇਹ ਟਰੇ ਵੱਡੀ ਹੈਗੀ, ਇਹ ਨਹੀਂ ਵੀ ਇੱਕ ਟਰਾਲੀ ਦੇ, ਹਰੇਕ ਟਰਾਲੀ 'ਤੇ ਟਰੇਨ ਨੇ ਮਤਲਬ ਕਿ ਖਾਲੀ ਕਰਨ ਦੀ ਲੋੜ ਨਹੀਂ ਪੈਂਦੀ ਗੀ, ਦੋ ਟਰਾਲੀਆਂ ਬਾਅਦ ਵੀ ਆਪਾਂ ਦਾਣੇ ਕੱਢ ਸਕਦੇ ਹਾਂ। ਅੱਛਾ ਜੀ। ਹਾਂਜੀ। ਠੀਕ ਹੈ ਸਰ। ਠੀਕ ਹੈ ਜੀ।